ਹਾਂਜੀ ਗਾਇਸ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ, ਮੇਰਾ ਚੈਨਲ ਗੁਰਸਿੱਧੂ ਪੀਵੀ 23। ਅਤੇ ਆਪਾਂ ਮੋਗੇ 'ਤੇ ਚੱਲ ਪਏ ਜੀ ਆਪਣੇ ਕੰਮ 'ਤੇ। ਮੇਰਾ ਦੋਸਤ ਆ ਰਿਹਾ, ਪਹਿਲਾਂ ਮੈਂ ਉਹਨੂੰ ਜ਼ਮੀਨ ਦਿਖਾਉਣੀ ਹੈ ਜੀ। ਜ਼ਮੀਨ ਦਿਖਾਉਣ ਤੋਂ ਬਾਅਦ ਫਿਰ ਅੱਗੇ ਚੱਲਦੇ ਹਾਂ। ਅੱਜ ਹੈਗਾ ਟੀਚਰਸ ਡੇ, ਸਕੂਲਾਂ 'ਚ ਹਾਫ ਡੇ ਹੈ, ਸਾਡੇ ਕੁਛ ਸਕੂਲਾਂ 'ਚ ਛੁੱਟੀ ਵੀ ਹੈ। ਅਤੇ ਬਾਜ਼ਾਰ 'ਚ ਵੀ ਸੋਹਣੀ ਰੌਣਕ ਹੈ ਬਾਈ, ਵਧੀਆ ਰੌਣਕ ਹੈ ਬਾਜ਼ਾਰ 'ਚ। ਬੰਦੇ ਨੂੰ ਆਪਾਂ ਚੱਲਦੇ ਹਾਂ ਮਾੜਾ ਸਕੂਲ 'ਚ, ਸਕੂਲ 'ਚ ਆਪਣੀ ਗੱਡੀ ਹੈ ਜਿਹੜੀ, ਉਹ ਕਹਿੰਦਾ ਮੁੰਡਾ ਕਹਿੰਦਾ ਸਟਾਰਟ ਨਹੀਂ ਹੋ ਰਹੀ ਜਿਹੜੀ ਮਰੂਤੀ ਆ ਆਪਣੀ, ਮਰੂਤੀ ਨੂੰ ਸਟਾਰਟ ਕਰ ਦਈਏ ਕਰਕੇ ਫਿਰ ਆਪਾਂ ਚੱਲਦੇ। ਦੇਖੋ ਚੰਡੀਗੜ੍ਹ ਰੋਡ 'ਤੇ ਵੀ ਕਿੰਨੇ ਦਰਖਤ ਨੇ ਬਾਈ। ਅੱਛਾ, ਜਿੱਥੇ ਦਰਖਤ ਹੋਣਗੇ ਉੱਥੇ ਸਕੂਨ ਦੇਖੀ ਕਿੰਨਾ ਆਊਗਾ, ਹੈ ਨਾ। ਅੱਛਾ, ਜਿੱਥੇ ਵੀ ਦਰਖਤ ਹੋਣਗੇ ਸਕੂਨ ਆਊਗਾ ਬਹੁਤ। ਜਿੱਥੇ ਜ਼ਿਆਦਾ ਦਰਖਤ ਹੋਣਗੇ ਅਗਲਾ ਆਊਗਾ ਯਾਰ ਇੱਥੇ ਖੜ੍ਹਦੇ, ਇੱਥੇ ਬਹੁਤ ਵਧੀਆ ਲੱਗਦਾ, ਇੱਥੇ ਦਰਖਤ ਨੇ। ਅੱਛਾ, ਉੱਥੇ ਤੁਹਾਡਾ ਜੀ ਲੱਗੂਗਾ ਜਿੱਥੇ ਦਰਖਤ ਹੋਣਗੇ। ਅੱਛਾ, ਕਿੱਦਾਂ ਤੁਹਾਨੂੰ ਹੁਣ ਜਿਵੇਂ ਆਹ ਇੱਧਰ ਦੇਖ, ਇੱਧਰ ਨੂੰ ਦੇਖ ਕੇ ਆਪਾਂ ਨੂੰ ਐਂ ਲੱਗਦਾ ਵੀ ਯਾਰ ਕੁਛ ਨਹੀਂ ਯਾਰ, ਨਾਲੇ ਆਹ ਬਿਲਡਿੰਗ ਹੈ ਇੱਧਰ। ਇੱਧਰ ਨੂੰ ਦੇਖ ਕੇ ਦੇਖਾਂਗੇ ਤਾਂ ਇੱਧਰ ਨੂੰ ਕਿੰਨਾ ਸੋਹਣਾ ਲੱਗਦਾ, ਇੱਧਰ ਨੂੰ ਦੇਖ ਕੇ ਦੇਖ, ਇੱਧਰ ਨੂੰ ਵਧੀਆ ਨਹੀਂ ਲੱਗਦਾ ਦੇਖਣਾ। ਆਹ ਦੇਖੋ ਹੁਣ ਤੁਸੀਂ, ਤੁਹਾਨੂੰ ਦਿਖਾਉਣ, ਹੁਣ ਇੱਧਰ ਨੂੰ ਦੇਖਦੇ ਆਪਾਂ ਤਾਂ ਹੋਰ ਇਸ ਤਰ੍ਹਾਂ ਫੀਲਿੰਗ ਜੀ ਆਉਂਦੀ ਆ, ਫਿਰ ਤੁਸੀਂ ਇੱਧਰ ਦੇਖੋ ਦੇਖ ਕੇ ਇੱਧਰ ਨੂੰ ਹੋਰ ਇਸ ਤਰ੍ਹਾਂ ਦੀ ਘੈਂਟ ਫੀਲਿੰਗ ਆਉਂਦੀ ਹੈ। ਆਹ ਭਾਈ ਬਾਹਰ ਤੋਂ ਹੈ, ਠੀਕ ਹੈ। ਇਹ ਭਾਈ ਕੋਠੀ ਆ ਆਪਣੇ ਯਾਰ ਦੋਸਤ ਦੀ, ਇਹ ਕੋਠੀ ਆਇਆ ਭਾਈ ਅਸੀਂ ਇਹ ਲੈਣੀ ਹੈ ਆਪਣੇ ਕਿਸੇ ਰਿਸ਼ਤੇਦਾਰ ਨੇ, ਕੀ ਨਹੀਂ ਲੈਣੀ ਹੈ, ਸੋਨੂੰ ਨਹੀਂ ਲੈਣੀ ਹੈ ਕੋਠੀ। ਇਹ ਦੇਖੋ ਨਾ, ਦੇਖੋ ਅੰਦਰ ਫਿਰ ਤਾਂ ਕੰਮ ਹੈ। ਆਹ ਡਰਾਇੰਗ ਰੂਮ, ਆਹ ਕਿਚਨ ਹੈ ਨਾ, ਹੈ ਦੇਖੋ ਆਹ ਖੋਲੂ ਹੋਣਾ ਆ। ਆਹ ਦੇਖੋ ਆਹ ਕਬੋਰਡ ਨੇ ਭਾਈ, ਦੇਖੋ ਚਾਲੂ ਕੰਮ ਨੀ ਹੈਗਾ ਸਾਰਾ ਕੰਮ। ਆ ਦੇਖੋ ਜੈਗ ਬਾਰ ਦੀਆਂ ਟੁੱਟੀਆਂ ਨੇ, ਠੀਕ ਹੈ ਜੀ, ਸਾਰਾ ਕੰਮ ਐਨ ਪੂਰਾ ਸ਼ਾਨਦਾਰ ਹੈ। ਮੁੜ ਕੇ ਤੁਹਾਨੂੰ ਕੰਮ ਕਰਾਉਣ ਦੀ ਲੋੜ ਨੀ ਹੈਗੀ ਯਾਰ, ਕੋਈ ਵੀ ਜਿੰਦਰ ਐਨ ਸ਼ਾਨਦਾਰ ਕਰਿਆ ਹੋਇਆ। ਦੇਖੋ ਕੋਈ ਇਹੋ ਜਿਹੀ ਕੋਈ ਕਮੀ ਉਹ ਨਹੀਂ ਛੱਡੀ ਹੋਈ ਨੇ। ਇੱਕ ਬੈਡਰੂਮ ਇਹ ਹੈ ਨਾ, ਇੱਕ ਬੈਡਰੂਮ ਇਹ ਹੈ ਭਾਈ। ਦੇਖੋ ਇਹ 'ਚ ਵੀ ਕੱਪ ਬੜੋਮ ਹੀ ਹੈ, ਜਿਵੇਂ ਖੁੱਲ੍ਹਦੇ ਨੇ ਲਾਈਟਾਂ ਲੱਗੀਆਂ ਹੋਈਆਂ ਨੇ ਅੰਦਰ। ਆਹ ਬਾਥਰੂਮ ਹੈ, ਜੈਗ ਬਾਰ ਦੀਆਂ ਟੁੱਟੀਆਂ ਨੇ, ਯਾਨੀ ਕਿ ਕੋਈ ਇਹੋ ਜਿਹੀ ਕੋਈ ਹਾਏ ਹੋਈ ਕੋਈ ਪੂਰੀ ਪੂਰੀ ਐਨ ਗਾਡਰ ਐਨ ਚੀਜ਼ ਆ ਪੂਰੀ, ਠੀਕ ਹੈ ਜੀ। ਅਤੇ ਬਾਕੀ ਤੁਹਾਨੂੰ ਪਤਾ ਹੀ ਆ, ਚੰਡੀਗੜ੍ਹ ਰੋਡ ਦੇ ਨੇੜੇ ਆ ਗਈ। ਆਹ ਦੇਖੋ ਨਾਲ ਆਹ ਕੋਠੀਆਂ ਨੇ ਸਾਰੀਆਂ, ਟੋਪ ਦਾ ਏਰੀਆ, ਸਿਰੇ ਦਾ ਏਰੀਆ ਦੇਖੋ, ਠੀਕ ਹੈ ਨਾ। ਉੱਪਰ ਵੀ ਦੇਖੋ ਇਹ ਵੀ ਬੈਡਰੂਮ ਆ ਗਿਆ, ਮੈਂ ਠੀਕ ਹੈ ਯਾਰ ਸਾਹਿਬ ਬਾਹਰ ਆ ਗਿਆ ਬੇੜਾ, ਨਾਲ ਵਾਲੀ ਕੋਠੀ ਦੇ ਇੱਧਰ ਨੂੰ ਆ ਜਾਓ ਟੱਪ ਕੇ, ਚੋਪੜਾ ਸਾਹਿਬ ਨੇ ਸਾਡੇ ਸਾਹਮਣੇ ਯੂਨੀਵਰਸਿਟੀ ਆ ਗਈ ਆਪਣੀ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਸਾਹਮਣੇ ਵਾਲੀ, ਠੀਕ ਹੈ ਜੀ। ਬਾਕੀ ਫਤਿਹਗੜ੍ਹ ਸਾਹਿਬ ਦੇ ਜਮਾਂ ਹੀ ਵਿੱਚ ਹੈ, ਯਾਨੀ ਕਿ ਸ਼ਾਨਦਾਰ ਏਰੀਆ ਪੂਰਾ ਕਰੀਮ ਫਤਿਹਗੜ੍ਹ ਸਾਹਿਬ ਦੀ। ਕੋਠੀ ਦਾ ਕੰਮ ਜਾਨੀ ਕਿ ਨਹੀਂ ਜਿਵੇਂ ਕੋਈ ਐਂ ਨਹੀਂ, ਉਹੀ ਚੀਜ਼ ਦੱਸ ਰਿਹਾ ਮੈਂ ਤੁਹਾਨੂੰ, ਕੰਮ ਕਰਾਇਆ ਹੋਇਆ ਐਂ ਟੋਪ ਦਾ, ਕਿਵੇਂ ਜਗ੍ਹਾ
ਇਹ ਚੋਪੜਾ ਜੀ ਕਿੰਨਾ ਗਜ ਹੈ ਟੋਟਲ? ਇੱਕ ਮਿੰਟ ਦੱਸਦਾ ਕਿ ਇਹ ਨਾਲ ਵਾਲੀ ਕੋਠੀ ਆ ਗਈ ਆਹ। ਚਲੋ ਕਲਰ ਦਾ ਕੋਈ ਚੱਕਰ ਨਹੀਂ, ਸੇਮ ਆ, ਕੋਈ ਕੋਈ ਫਰਕ ਨਹੀਂ ਹੈਗਾ। ਆ ਜੀ ਮੈਂ ਕਹਿੰਦਾ ਆਹ ਸਾਲੀ ਜ਼ਿਆਦਾ ਘੈਂਟ। ਆ ਜੀ ਆਹ ਦੇਖੀ, ਆਹ ਦੇਖੋ ਕਿੰਨਾ ਘੈਂਟ ਲੱਗਦਾ, ਆਹ ਕਿੰਨਾ ਵਧੀਆ ਲੱਗਦਾ ਕੱਪ ਬੋਰਡ। ਗੀਜ਼ਰ ਫਟਣ ਵਾਲਾ ਕੰਮ ਹੁੰਦਾ, ਏਸੀ ਦੀਆਂ ਡੈਟੀਆਂ ਸਾਰੀਆਂ ਬਾਹਰ ਹੈ, ਪਾਣੀ ਦਾ ਕਨੈਕਸ਼ਨ ਬਾਹਰ ਹੈ ਸਾਰਾ। ਵੈਰੀ ਗੁੱਡ ਵੈਰੀ ਗੁੱਡ, ਆਹ ਚੀਜ਼ ਹੈ, ਇਹ ਵੀ ਚੀਜ਼ਾਂ ਦੇਖਣ ਵਾਲੀਆਂ ਨੇ। ਇਹ ਸੇਫਟੀ ਪੁਆਇੰਟ ਵੀ ਜਿਹੜਾ ਹੁੰਦਾ ਨਾ ਸਿਲੰਡਰ ਲੱਗਣੇ ਲਈ, ਬਾਈ ਪੂਰਾ ਘੈਂਟ ਕੰਮ ਆ ਰਿਹਾ ਘੈਂਟ ਆ ਬਾਈ ਪੂਰਾ। ਇਹਦਾ ਫਾਈਨਲ ਕਗਾਰ ਤੇ ਲੱਗੇ ਪਏ, ਗਰਾਊਂਡਿੰਗ ਕਰ ਰਹੇ ਆ ਬੰਦੇ, ਇਹ ਤਾਂ 4 ਦਿਨ ਸਕੂਟੀ ਹੈਂਡਓਵਰ ਲੈ ਲਓ ਨਾ ਬਸ। ਲੈ ਬਾਈ ਠੀਕ ਹੈ ਜੀ, ਓਕੇ ਕੰਮ ਚੱਲਦਾ ਹੈ, ਮਾਲ ਮੂਲ ਆਉਂਦਾ ਵੀਰੇ, ਡਨ ਹੈ ਡਨ, ਓਕੇ ਆ। ਕਿੰਨੇ ਗਜ਼ ਚ ਹੈ ਇਹ ਨਹੀਂ ਦੱਸੀ ਤੁਸੀਂ? 162 ਗਜ਼ ਦੀ ਹੈ, 2250 ਸਕੁਅਰ ਫੀਟ ਏਰੀਆ ਛੱਤਿਆ ਪਿਆ। ਠੀਕ ਹੈ ਜੀ, ਆ ਜਾ ਦੋ ਰਹੇ ਨਾ ਗਾਰਡਨ ਗੁੱਡਨ ਜਾਂ ਬਣ ਜਾਣਾ ਭੈਣ ਤੋਂ ਦੱਲੇ ਹੋਰ ਬਣ। ਕਿੰਨੀ ਜਗ੍ਹਾ ਬਣ ਗਈ ਬਬਲੂ ਇਹ? 2754 162 ਗਜ਼ ਜਗ੍ਹਾ ਜੀ ਇਹ। 162 ਗਜ਼ ਹੋ ਗਈ ਤੇ 4 BHK ਹੈ ਜੀ, ਦੋ ਕਮਰੇ ਥੱਲੇ ਦੋ। ਕਿੰਨੀ ਕਿੰਨੀ ਹੋ ਗਈ? 2 ਕਮਰੇ ਉੱਪਰ ਹੈ 2 ਥੱਲੇ ਹੈ ਜਗ੍ਹਾ ਦੋਨੋਂ ਸੇਮ ਹੈ ਸਮਾਨ ਸਾਰਾ ਸੇਮ ਹੈ ਰੰਗ ਦਾ ਫਰਕ ਹੈ ਸਿਰਫ ਕਾਰਨ ਕੀ ਹੈ ਦੇਖੋ ਸਾਰਾ ਕੁਝ ਸੇਮ ਡਿਜ਼ਾਈਨ ਹੈ ਡਿਜ਼ਾਈਨ ਦੇ ਥੀਮ ਦੇ ਹਿਸਾਬ ਨਾਲ ਹੈ ਉਹ ਚ ਉੱਪਰ ਨੂੰ ਖੜਾ ਹੋ ਗਿਆ ਉਹ ਚ ਲੰਬਾ ਪ
ਆ ਹੁਣ ਅਸੀਂ ਦਫ਼ਤਰ ਲਿਆ ਸੀ ਨਵਾਂ ਬਾਈ ਦੇਖੋ ਘੈਂਟ ਹੁਣ ਸਾਡਾ ਨਵਾਂ ਅੱਡਾ ਜਿਹੜਾ ਭਗਵਾਨ ਸਾਹਿਬ ਨਾਲ ਇੱਥੇ ਬੈਠਾ ਕਰਾਂਗੇ ਅਸੀਂ ਲਿਆ ਕੇ ਇਹ ਵੀਡੀਓ ਕਾਲ ਅਮਰੀਕਾ ਤੋਂ ਚੱਲਦੀ ਹੈ ਇੱਥੇ ਆਪਾਂ ਸੋਹਾਣੇ ਕੋਲ ਆ ਚੰਡੀਗੜ੍ਹ ਰੋਡ ਕੋਲ ਆ ਹੈਗਾ ਚੰਡੀਗੜ੍ਹ ਗਰੁੱਪ ਆਫ ਕਾਲਜ ਚੰਡੀਗੜ੍ਹ ਗਰੁੱਪ ਆਫ ਕਾਲਜ ਇੱਥੇ ਬੰਦੇ ਨਾ ਗੁੜ ਬਣਾਉਂਦੇ ਨੇ ਹਾਂ ਬਈ ਸ਼ੱਕਰ ਕਿਆ ਰੇਟ ਹੈ ਸ਼ੱਕਰ ਕਿਆ ਰੇਟ ਹੈ ਸ਼ੱਕਰ ਆ ਗੁੜ ਦਿਖਾਈ ਮਾੜਾ ਜਿਹਾ ਬਸ 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 ਇਹ ਤਾਜ਼ਾ ਕੱਦ ਦਾ ਬਣਿਆ ਹੋਇਆ ਹੈ ਕਿੰਨਾ ਸ਼ੱਕਰ ਕਿਆ ਰੇਟ ਹੈ ਕੀ ਇੰਨੀ ਮਹਿੰਗੀ ਹੋ ਗਈ ਸ਼ੱਕਰ ਪਿਓਰ ਹੈ ਸ਼ੱਕਰ ਵਧੀਆ ਦੇਖਣ ਨੂੰ ਆ ਦੇਖੋ ਸ਼ੱਕਰ ਤਾਂ ਵਧੀਆ ਵੈਸੇ ਲੱਗਦੀ ਤਾਂ ਵਧੀਆ ਦੇਖਣ ਨੂੰ ਬਾਕੀ ਦੇਖਦੇ ਹਾਂ
ਚਲੋ ਠੀਕ ਹੈ, ਮਿਲਦੇ ਹਾਂ, ਮੈਂ ਚੱਕਰ ਲੈ ਯਾਰ ਤੁਹਾਨੂੰ ਲੱਗਿਆ ਚਾਹ ਪੀਣ, ਮੈਂ ਚੱਲ ਚਾਹ ਪੀ ਲਈਏ। ਅਸੀਂ ਇੱਥੇ ਸੋਹਾਣਾ ਸਾਹਿਬ ਗੁਰਦੁਆਰਾ ਉਹਦੇ ਕੋਲੇ ਬੈਠੇ ਹਾਂ ਅਸੀਂ, ਇਹਦਾ ਛੋਟੀ ਜਿਹੀ ਦੁਕਾਨ ਹੈ, ਦਿਖਾਉਣਾ ਮੈਂ ਤੁਹਾਨੂੰ। ਚਾਹ ਪੁੱਛ ਕੇ ਆਏ ਅਸੀਂ, ਸਾਹਮਣੇ ਇੱਕ ਦੁਕਾਨ ਦੇਖਦੀ ਹੋਈ ਉਹ ਲੱਡੀ ਜੇ ਪੈਣੀ ਜਿਹਦੇ 'ਚ, ਉਹ ਕਹਿੰਦੇ ਨਹੀਂ ਜੀ ਚਾਹ ਨਹੀਂ ਬਣਾਉਂਦੇ। ਫਿਰ ਅਸੀਂ ਕਿਹਾ ਵੀ ਚੱਲ ਉਰੇ ਪੀ ਲੈਂਦੇ ਹਾਂ, ਚਾਹ ਹੀ ਪੀਣੀ ਹੈ। ਸੋਨੂੰ ਕਹਿੰਦਾ ਵੀ ਚਾਹ ਹੀ ਪੀਣੀ ਹੈ, ਕਹਿੰਦਾ ਜੀ ਮਾੜੀ ਨਾਲੇ ਇੱਕ ਇੱਕ ਅਸੀਂ ਸਮੋਸਾ ਵੀ ਖਾਏਗੇ ਹੁਣ। ਲਿਆ ਭਾਈ ਆ ਗਿਆ ਸਾਡਾ ਸਮੋਸਾ, ਆਹ ਦੇਖੋ ਬਸ ਇੰਨੀ ਆਈਟਮ ਹੈ ਵੀ ਖਾਣੀ ਆ ਅਸੀਂ। ਲੈ ਭਾਈ ਬੱਦਲ ਜਿਹਾ ਫੇਰ ਲੱਗਦਾ ਹੁੰਦਾ ਮੈਨੂੰ ਤਿਆਰ, ਆਹ ਦੇਖੋ ਉੱਪਰ ਬੱਦਲ ਉੱਡ ਰਹੇ ਆ ਭਾਈ। ਅੰਬਾਲੇ ਕਹਿੰਦੇ ਮੀਂਹ ਪਿਆ ਅੱਜ ਪਏ ਹੈ ਤੁਹਾਨੂੰ? ਹਾਂ ਅੰਬਾਲੇ ਕਹਿੰਦੇ ਪਿਆ ਐਨ ਦਬਾ ਕੇ ਪਿਆ ਨਾਲੇ ਮੀਂਹ ਹੁਣ, ਬਸ ਆਹੀ ਚੀਜ਼ ਆ। ਅੱਛਾ ਨੈੱਟ ਦਾ, ਨੈੱਟ ਦੇ ਕੁਛ ਨਹੀਂ ਪਤਾ ਲੱਗਦਾ ਵੀ ਮੀਂਹ ਹੁਣ ਤਾਂ ਗਲਤ ਹੋ ਜਾਂਦਾ ਨੈੱਟ ਦਾ। ਹਾਂ ਨੈੱਟ ਦਾ ਕੋਈ ਹਿਸਾਬ ਕਿਤਾਬ ਨਹੀਂ ਵੀ ਮੀਂਹ ਨੇ ਆਉਣਾ, ਉਹ ਕਹਿਣਗੇ 10% ਹੈ ਇੱਥੇ ਮੀਂਹ ਫੁੱਲ ਪੈਂਦਾ ਹੁੰਦਾ। ਬਿਲਕੁਲ ਬਿਲਕੁਲ ਇੱਧਰ ਨੂੰ ਚਲੋ, ਇੱਧਰ ਨੂੰ ਕੱਢੀ ਸਿੱਧਾ ਇਹਨੂੰ ਸਿੱਧਾ ਕੀ ਕਰਨਾ ਆਪਾਂ ਨੂੰ, ਕੋਈ ਕੰਮ ਹੈ ਕੋਈ ਨਾ ਨਾ ਆਪਾਂ ਨੂੰ ਕੀ ਕੰਮ ਹੈ ਬਸ ਉਹ ਕੋਈ ਸ਼ੁਕਰ ਨਹੀਂ। ਮੈਂ ਹੁਣ ਮੈਂ ਕਈ ਵਾਰ ਦੇਖਿਆ ਹੁਣ ਜਿੰਨੀ ਵਾਰ ਵੀ ਮੀਂਹ ਪਿਆ ਨੈੱਟ ਤੇ ਦੱਸਿਆ ਨਹੀਂ ਹੁੰਦਾ ਪਰ ਆਪਣੇ ਮੀਂਹ ਪੈਂਦਾ ਹੁੰਦਾ। ਅੱਜ ਅੰਬਾਲੇ ਮੀਂਹ ਦੀ ਭਵਿੱਖਬਾਣੀ ਵੀ ਗਲਤ ਹੋਣ ਲੱਗੀ। ਹਾਂ ਬਹੁਤ ਐਤ ਕੀ ਤਾਂ ਸਾਰੀ ਗਲਤ ਗਈ ਆ ਸਾਰੀ ਐਤ ਕੀ, ਰੋਜ਼ ਹੀ ਕਹਿਦਾ ਰੋਜ਼ ਹੀ ਕਹਿ ਦਿੰਦੇ ਤੇ। ਲੈ ਬਈ ਅੱਜ ਖਤਰਨਾਕ ਮੌਸਮ ਦੀ ਸੰਭਾਵਨਾ, ਫਲਾਣੇ ਫਲਾਣੇ ਜ਼ਿਲ੍ਹੇ 'ਚ ਪੂਰਾ ਗੱਡਮਾ ਮੀਂਹ ਆਉਂਦਾ ਹੀ ਨਹੀਂ ਤਾਂ ਲੋਕ ਭਾਈ ਖੁਸ਼ ਹੋ ਜਾ ਕਹਿੰਦੇ ਓਏ ਆਪਾਂ ਅੱਜ ਮੋਟਰ ਨਾ ਚਲਾਈਏ ਫਿਰ ਅੱਜ ਤਾਂ ਮੀਂਹ ਆ ਜਾਣਾ, ਮੀਂਹ ਆਉਂਦਾ ਹੀ ਨਹੀਂ ਤਾਂ। ਮੀਂਹ ਤਾਂ ਜਾਣੀ ਕਿ ਆਪਣਾ ਜਿਹੜਾ ਹੁਣ ਸਾਉਣ ਦਾ ਮਹੀਨਾ ਜਮਾਂ ਹੀ ਸੁੱਕਾ ਗਿਆ, ਸਾਉਣ ਦਾ ਮਹੀਨਾ ਜਮਾਂ ਹੀ ਮੀਂਹ ਨਹੀਂ ਪਿਆ। ਹੋਇਆ ਕੀ ਅੱਧਾ ਘੰਟਾ ਬਰਸਾਤ ਪੈ ਗਈ ਉਹ ਤਾਂ ਉਸ ਤੋਂ ਬਾਅਦ ਧੁੱਪ ਨਿਕਲਣੀ। ਅੱਛਾ ਇੱਕ ਕੰਮ ਐਤਕੀ ਆ ਵੀ ਬਹੁਤ ਹੋਇਆ, ਸਰਹੰਦ ਮੀਂਹ ਪੈ ਰਿਹਾ ਅੱਗੇ ਸਾਨੀਪੁਰ ਹੈ ਨਹੀਂ, ਆਹ ਬਹੁਤ ਹੋਇਆ ਕੰਮ ਮੀਂਹ। ਆਹ ਹੁਣ ਬਸ ਆਹ 2-4 ਦਿਨ ਵਧੀਆ ਲੱਗ ਗਿਆ। ਆਹ ਜਿੱਦਣ ਚੰਡੀਗੜ੍ਹ ਆ 11 ਸੈਕਟਰ 'ਚ ਦੱਸਦੇ ਨੇ ਬੱਲਾ 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 ਪਾਣੀ ਬਾਈ ਕਿਵੇਂ ਫਿਰਦਾ ਤਾ ਗੱਡੀਆਂ ਤੇ, ਉਹ ਪਤਾ ਨੀ ਬੱਦਲੇ ਪੜ ਗਿਆ ਉਹਨੂੰ ਬੱਦਲੇ ਪੱਟਿਆ ਉਹ ਕਹਿੰਦੇ 15 ਮਿੰਟ ਮੀਂਹ ਪਿਆ ਸਾਰਾ 15 ਮਿੰਟ। ਜਿਹੜਾ ਬੱਦਲ ਫੜਦਾ ਨਾ ਉਹ ਤਾਂ ਤੁਸੀਂ ਐ ਮੰਨ ਲਓ ਵੀ ਬੱਦਲ ਜਿਹੜਾ ਫੜਦਾ ਤਾਂ ਜਿਸ ਪਾਣੀ ਦੀ ਟੈਂਕੀ ਆ ਮੰਨ ਲਓ ਇੱਕ, ਹਾਂ ਉਹ ਇਕੱਠਾ ਪਾਣੀ ਗਿਰਦਾ ਇਕਦਮ। ਨਹੀਂ ਉਹ ਤਾਂ ਠੀਕ ਆ ਉਹ ਤਾਂ ਫੜ ਜਾਂਦਾ ਪਰ 15 ਮਿੰਟ 'ਚ ਪਾਣੀ ਉਹ ਚਲਾਤਾ ਲੈ ਉਹ ਬਸ ਤੇਜ਼ ਰਫਤਾਰ ਨਾਲ ਹੋਈ ਨਾ ਬਰਬਾਦ ਸਿਰਫ 15 ਮਿੰਟ। ਚਲੋ ਮਿਲਦੇ ਆ ਜੀ ਪਿੰਡ ਜਾ ਕੇ ਹੁਣ ਆਪਾਂ। ਓਕੇ ਸਾਡਾ ਜਮਨੇ ਜੱਟ ਨੂੰ ਤੁਸੀਂ ਦੇਖਿਆ ਨਾ ਪਹਿਲਾਂ ਆਪਣੇ ਵਲੌਗ 'ਚ ਅਤੇ ਅੱਜ ਆਪਾਂ ਨੂੰ ਆ ਦੇਖੋ ਖੜ੍ਹੇ ਨੇ ਆਪਣੇ ਕੋਲ। ਹੁਣ ਇਹਨਾਂ ਨੂੰ ਮੈਂ ਇੱਕ ਦਿਨ ਫਿਰ ਵਲੌਗ 'ਚ ਲੈ ਕੇ ਆਊਂਗਾ ਅਤੇ ਤੁਹਾਨੂੰ ਸਾਰਿਆਂ ਨੂੰ ਇਹਨਾਂ ਦੀਆਂ ਗੱਲਾਂ ਸੁਣਾਵਾਂਗੇ ਨਾਲੇ। ਹੋਰ ਸੁਣਾ ਚਾਹ ਕੀ ਹਾਲ ਹੈ? ਠੀਕ ਹੈ ਜੀ। ਜਮਲਾ ਜੱਟ ਜੀ ਤਾਂ ਮੈਨੂੰ ਨਾਲੇ ਕਹਿੰਦੇ ਬੋਰ ਬੈਠ ਗਿਆ, ਬੋਰ ਤਾਂ ਕਰ ਲਿਆ ਠੀਕ ਮੈਂ ਕਰ ਲਿਆ ਸੈੱਟ। ਲੈ ਫਿਰ ਯਾਰ ਢੱਡ ਮੰਗਦਾ ਤੇਰੀ ਆਵਾਜ਼ ਖੜਕਦੀ ਹੈ। ਹਾਂਜੀ ਆਪਾਂ ਆ ਗਏ ਆਪਣੇ ਘਰ, ਹੋ ਗਿਆ ਫ੍ਰੀ, ਕੱਪੜੇ ਚੇਂਜ ਕਰ ਲਏ ਨੇ ਅਤੇ ਸਾਡੇ ਪਿੰਡਾਂ ਦੇ ਵਿੱਚ ਪ੍ਰਸ਼ਾਦਾ ਪਾਣੀ ਸਾਰਾ ਸਾਜਰੇ ਹੀ ਕੰਮ ਚੱਲਦਾ ਸਾਡੇ ਤਾਂ, ਰੋਟੀ ਪਾਣੀ ਦਾ ਹੁਣ ਸਾਜਰੇ ਹੀ ਆਪਣਾ ਨਿਬੇੜ ਦਾਂਗੇ, ਨਿਬੇੜ ਕੇ ਓਕੇ ਕੰਮ ਫਾਈਨਲ ਹੈ ਅਤੇ ਸਵੇਰੇ ਮਿਲਾਂਗੇ ਨਵੇਂ ਬਲੌਗ ਦਾ। ਅੱਜ ਦਾ ਬਲੌਗ ਮੇਰਾ ਕਿੱਦਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਬੈੱਲ ਆਈਕਨ ਨੂੰ ਜ਼ਰੂਰ ਦੱਬਿਓ। ਓਕੇ ਜੀ ਕੱਲ੍ਹ ਮਿਲਦੇ ਹਾਂ ਨਵੇਂ ਬਲੌਗ 'ਚ, ਸਤਿ ਸ਼੍ਰੀ ਅਕਾਲ, ਬਾਏ ਬਾਏ।